to be Canadians. How are you? I hope you are all doing well. ਅੱਜ ਆਪਾਂ ਐਜ ਇੱਕ ਟੌਪਿਕ ਉੱਤੇ ਗੱਲ ਕਰਾਂਗੇ ਜੋ ਕਿ ਸਾਨੂੰ ਲੱਗਦਾ ਹੈ ਕਿ ਜੋ ਟੈਂਪਰੇਰੀ ਰੈਜ਼ੀਡੈਂਟ ਨੇ ਜਾਂ ਫਿਰ ਜੋ ਨਿਊ ਸਟੂਡੈਂਟਸ ਆ ਰਹੇ ਨੇ ਇਨ ਕੈਨੇਡਾ, ਉਹਨਾਂ ਲਈ ਇਹ ਚੀਜ਼ਾਂ ਜਾਣਨੀ ਜ਼ਰੂਰੀ ਹੈਗੀਆਂ ਨੇ। ਜੇ ਤੁਸੀਂ ਆਪਣੀ PR ਦੀ ਜਰਨੀ ਸਕਸੈਸਫੁਲ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਤੇ ਲੈਟਸ ਡਿਸਕਸ ਅਬਾਊਟ ਸਮ ਟੌਪਿਕਸ। ਤੇ ਅੱਜ ਇਹ ਡਿਸਕਸ਼ਨ ਆਪਾਂ ਕਰਾਂਗੇ ਸਾਡੇ RCIC ਮਿਸਟਰ ਰੋਹਿਤ ਸਿੱਕਾ। ਹੈਲੋ ਸਰ। ਹੈਲੋ ਜੀ। ਸੋ ਸਰ, ਅਜੇ ਕੁਝ ਕੁਐਸਚਨਸ ਨੇ ਜੋ ਕਿ ਬਹੁਤ ਜ਼ਿਆਦਾ ਕਹੀਏ ਕਿ ਲੋਕਾਂ ਨੂੰ ਡਾਊਟਫੁਲ ਲੱਗਦੇ ਨੇ। ਸਰ, ਅਜੇ ਕੁਝ ਕੁਐਸਚਨਸ ਨੇ ਜੋ ਕਿ ਬਹੁਤ ਕਲਾਇੰਟਸ ਨੂੰ ਡਾਊਟਫੁਲ ਲੱਗਦੇ ਨੇ, ਤੇ ਇਹ ਸਭ ਤੋਂ ਜ਼ਿਆਦਾ ਪੌਪ ਅਪ ਹੋਣ ਵਾਲੇ ਕੁਐਸਚਨਸ ਨੇ, ਤੇ ਮੈਂ ਚਾਹੁੰਦੀ ਹਾਂ ਕਿ ਅੱਜ ਆਪਾਂ ਇਹਨਾਂ ਉੱਤੇ ਡੀਪ ਡਿਸਕਸ਼ਨ ਕਰੀਏ ਜਿਸ ਕਰਕੇ ਉਹਨਾਂ ਨੂੰ ਕਲੀਅਰ ਹੋ ਜਾਣ। ਤੇ ਸਭ ਤੋਂ ਪਹਿਲਾਂ ਤੇ ਮੋਸਟ ਇੰਪੋਰਟੈਂਟ ਕੁਐਸਚਨ ਜੋ ਕਿ ਮੈਨੂੰ ਵੀ ਲੱਗਦਾ ਹੈ ਕਿ ਜਿਹੜੇ ਵਰਕ ਪਰਮਿਟ ਹੋਲਡਰਸ ਨੇ, ਜੋ ਆਪਣੇ ਪਹਿਲਾ ਫਸਟ ਈਅਰ ਜਿਨ੍ਹਾਂ ਦਾ ਆਪਣਾ ਵਰਕ ਪਰਮਿਟ ਲੈ ਚੁੱਕੇ ਨੇ, ਉਹਨਾਂ ਨੂੰ ਅੱਗੇ ਕੀ ਵਿਜ਼ਨ ਰੱਖਣੀ ਚਾਹੀਦੀ ਹੈ, ਉਹਨਾਂ ਦੀ ਅੱਗੇ ਕੀ ਸਟ੍ਰੈਟੇਜੀ ਹੋਣੀ ਚਾਹੀਦੀ ਹੈ ਆਪਣੀ PR ਦੀ ਜਰਨੀ ਕੰਪਲੀਟ ਕਰਨ ਲਈ ਤੇ ਉੱਥੇ ਤੱਕ ਜਾਣ ਵਾਸਤੇ। ਸੋ ਹੈਲੋ ਟੂ ਵੀ ਕੈਨੇਡੀਅਨਸ, ਫਸਟ ਆਫ ਆਲ ਥੈਂਕ ਯੂ ਫਾਰ ਸਪੇਰਿੰਗ ਯੋਰ ਟਾਈਮ ਐਂਡ ਯੂ ਆਰ ਵਾਚਿੰਗ ਦਿਸ ਵੀਡੀਓ। ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਵੀਡੀਓ ਨੂੰ ਸ਼ੋਰਟ ਰੱਖਾਂ ਐਂਡ ਜ਼ਿਆਦਾ ਤੋਂ ਜ਼ਿਆਦਾ ਇਨਫੋਰਮੇਸ਼ਨ ਦੇ ਸਕਾਂ। ਜਿੱਦਾਂ ਇਹਨਾਂ ਦਾ ਕੁਐਸਚਨ ਹੈਗਾ ਕਿ ਵੀ ਫਸਟ ਈਅਰ 'ਚ ਸਾਡੀ ਕੀ ਅਪਰੋਚ ਹੋਣੀ ਚਾਹੀਦੀ ਹੈ ਜਦੋਂ ਆਪਾਂ ਵਰਕ ਪਰਮਿਟ ਹਾਲ ਹੀ 'ਚ ਲੈਂਦੇ ਹਾਂ, ਤੇ ਆਪਾਂ ਅੱਗੇ ਕਿਸ ਤਰੀਕੇ ਨਾਲ ਵਧੀਏ ਕਿ ਵੀ ਈਜ਼ੀ ਐਂਡ ਅਰਲੀ PR ਆਪਾਂ ਲੈ ਸਕੀਏ। ਹੁਣ ਇਹਦੇ ਲਈ ਤੁਸੀਂ ਸਭ ਤੋਂ ਬੈਸਟ ਕੀ ਕਰ ਸਕਦੇ ਹੋ ਕਿ ਆਪਣੇ ਫੋਰਥ ਸਮੈਸਟਰ ਜਾਂ ਜਦੋਂ 2-3 ਮਹੀਨੇ ਰਹਿ ਜਾਂਦੇ ਨੇ ਤੁਹਾਡੀ ਪੜ੍ਹਾਈ ਖਤਮ ਹੋਣ ਨੂੰ, ਤੁਸੀਂ ਉਦੋਂ ਤੋਂ ਹੀ ਆਪਣੀ ਜੋਬ ਹੰਟ NOC B ਦੇ ਲਈ ਜਾਂ Tier 0, 1, 2, 3 ਦੇ ਲਈ ਆਪਣੀ ਜੋਬ ਹੰਟ ਨੂੰ ਸ਼ੁਰੂ ਕਰੋ, ਤਾਂ ਕਿ ਜਦੋਂ ਤੱਕ ਆਪਣੇ ਕੋਲ ਵਰਕ ਪਰਮਿਟ ਆਵੇ ਸਾਡੇ ਕੋਲੋਂ ਕੋਈ ਸਕਿੱਲਡ ਜੋਬ ਹੱਥ 'ਚ ਹੋਵੇ। ਐਂਡ ਇਹਦੇ ਲਈ ਹੁਣ ਦੇਖੋ, ਅੱਜ ਕੱਲ੍ਹ ਜਦੋਂ ਆਪਾਂ PGWP ਲਗਾ ਰਹੇ ਹਾਂ ਤੇ 2-3 ਮਹੀਨੇ ਜਾਂ ਕਈ ਵਾਰ ਜ਼ਿਆਦਾ ਵੀ ਟਾਈਮ ਲੱਗ ਜਾਂਦਾ ਹੈ ਵਰਕ ਪਰਮਿਟ ਆਉਣ ਦੇ ਵਿੱਚ। ਸੋ ਯੂ ਗਾਈਜ਼ ਹੈਵ ਇਨਫ ਟਾਈਮ ਕਿ ਜਿਹਦੇ ਵਿੱਚ ਤੁਸੀਂ ਆਪਣੇ NOC B ਜੋਬ ਨੂੰ, NOC OA B ਜੋਬ ਜਾਂ Tier 0, 1, 2, 3 ਜੋਬ ਤੁਸੀਂ ਕਹਿੰਦੇ ਹੋ, ਉਸ ਜੋਬ ਨੂੰ ਤੁਸੀਂ ਲੱਭ ਸਕਦੇ ਹੋ। ਐਂਡ ਕਾਫੀ ਸਟੂਡੈਂਟਸ ਦਾ ਇਹ ਕੁਐਸਚਨਸ ਵੀ ਰਹਿ ਰਹੇ ਨੇ ਕਿ ਆਪਾਂ ਨਹੀਂ ਜੋਬ ਮਿਲ ਰਹੀ ਤੇ ਆਪਾਂ ਸਿਟੀ ਮੂਵ ਕਰੀਏ ਜਾਂ ਇੱਧਰ ਉੱਧਰ ਕਿਤੇ ਵੀ ਜਾਣ ਦਾ ਵਿਚਾਰ ਕਰਦੇ ਨੇ। ਸੋ ਦੇਖੋ, ਮੂਵਿੰਗ ਇਜ਼ ਨੋਟ ਬੈਡ। ਤੁਸੀਂ ਅਗਰ ਮੂਵ ਕਰਨਾ ਹੈ, ਤੁਸੀਂ ਮੂਵ ਤੇ ਕਰ ਹੀ ਸਕਦੇ ਹੋ। ਸਭ ਤੋਂ ਪਹਿਲੇ ਪਰ ਕੀ ਕਰੋ ਕਿ ਜੋਬ ਲੱਭਿਆ ਕਰੋ, ਜੋਬ ਲੱਭੋ, ਫਿਰ ਕਿਤੇ ਵੀ ਮੂਵ ਕਰਨਾ ਹੈ ਦੈਨ ਮੂਵ ਹੋਵੋ। ਕਿਉਂਕਿ ਕਾਫੀ ਮੈਨੂੰ ਕੁਐਸਚਨਸ ਅਟਲਾਂਟਿਕ ਵਾਲੇ ਮੈਨੂੰ ਪੁੱਛਦੇ ਨੇ, ਖਾਸ ਕਰ ਕਿ ਵੀ ਆਪਾਂ ਉੱਥੇ ਪਹੁੰਚ ਗਏ ਹਾਂ ਐਂਡ ਹੁਣ ਆਪਾਂ ਜੋਬ ਲੱਭ ਰਹੇ ਸੀਗੇ, ਸਾਨੂੰ ਜੋਬ ਨਹੀਂ ਮਿਲ ਰਹੀ, ਕਈਆਂ ਨੂੰ ਤੇ ਅਕੋਮੋਡੇਸ਼ਨ ਵੀ ਨਹੀਂ ਮਿਲ ਰਹੀ, ਰਾਈਟ। ਸੋ ਇਹਦੇ ਨਾਲ ਕੀ ਹੈ ਕਿ ਜੋ ਤੁਹਾਡੇ ਕੋਲੋਂ ਕੁਝ ਪੈਸਾ ਤੁਸੀਂ ਆਪਣਾ ਸੇਵ ਕੀਤਾ ਆ, ਤੁਸੀਂ ਉਹਨੂੰ ਵੀ ਡਰੇਨ ਕਰ ਲੈਂਦੇ ਹੋ, ਵਿਚ ਇਜ਼ ਓਬਵੀਅਸਲੀ PR ਦੇ ਲਈ ਤਾਂ ਤੁਹਾਨੂੰ ਪਹਿਲੇ ਹੀ ਟੈਨਸ਼ਨ ਸੀਗੀ, ਹੁਣ ਤੁਹਾਨੂੰ ਫਾਈਨੈਂਸ਼ੀਅਲੀ ਵੀ ਟੈਨਸ਼ਨ ਹੋਣ ਲੱਗ ਗਈ, ਤੇ 2 ਟੈਨਸ਼ਨ ਸੰਭਾਲਣੀਆਂ ਮੁਸ਼ਕਿਲ ਹੋ ਜਾਂਦੀਆਂ ਨੇ। ਸੋ ਕੋਸ਼ਿਸ਼ ਕਰੋ ਕਿ ਆਪਾਂ ਇਸ ਚੀਜ਼ ਨੂੰ ਟੈਕਲ ਕਰੀਏ। ਐਂਡ ਜਦੋਂ ਆਪਾਂ ਵਰਕ ਪਰਮਿਟ ਹੁਣ ਆ ਗਿਆ ਹੈ, ਤੁਹਾਡੇ ਕੋਲ ਨੌਕਰੀ ਜੋਬ ਵੀ ਆ ਗਈ ਹੈ, ਤੇ ਉਹਨੂੰ ਫਿਰ ਆਪਾਂ ਸਾਲ ਆਪਣਾ ਐਕਸਪੀਰੀਅੰਸ ਪੂਰਾ ਕਰੀਏ, ਕਿਉਂਕਿ ਮੋਸਟ ਆਫ ਦਾ ਪ੍ਰੋਵਿੰਸਿਸ 1 ਸਾਲ ਦਾ ਵਰਕ ਐਕਸਪੀਰੀਅੰਸ ਮੰਗਦੀਆਂ ਨੇ। ਜੇ ਤੁਸੀਂ ਆਪਣੇ ਪ੍ਰੋਫਾਈਲ ਨੂੰ ਤੁਸੀਂ ਕੁਛ ਵਿੰਗਸ ਲਗਾਉਣੇ ਨੇ ਤਾਂ ਕਿ ਉਹ ਫਾਸਟ ਮੂਵ ਕਰੇ ਅੰਬੈਸੀ ਦੇ ਵਿੱਚ, ਤੇ 1 ਸਾਲ ਦਾ ਐਕਸਪੀਰੀਅੰਸ ਇਜ਼ ਰੈਕਮੈਂਡਡ ਐਵਰੀਵੇਅਰ। ਤੇ ਨਾਲ ਨਾਲ ਆਪਣਾ ਆਪਣੀ IELTS ਨੂੰ ਡਨ ਕਰੋ, ਆਪਣੀ ਪੜ੍ਹਾਈ ਦੇ 4th semester ਦੇ ਵਿੱਚ ਜਾਂ ਵਰਕ ਪਰਮਿਟ ਲੈਣ ਦੇ ਦੌਰਾਨ ਆਪਣੀ IELTS ਨੂੰ ਜ਼ਰੂਰ ਡਨ ਕਰ ਦਿਓ। ਕਿਉਂਕਿ ਸਾਕਸ਼ੀ ਜੀ, ਜ਼ਿਆਦਾਤਰ ਸਟੂਡੈਂਟਸ ਜਿਹੜੇ ਹੈਗੇ ਨੇ ਓਬਵੀਅਸਲੀ 6 ਈਚ ਬੈਂਡ ਸਕੋਰ ਜਾਂ ਮੇ ਬੀ 5.5 in 1 ਜਾਂ PTE ਲੈ ਕੇ ਹੀ ਕੈਨੇਡਾ ਆਏ ਨੇ। ਸੋ ਸਭ ਕੋਲ IELTS ਹੈਗੀ ਸੀਗੀ, ਤੇ IELTS ਦੁਬਾਰਾ ਕਰਨੀ ਕੋਈ ਜ਼ਿਆਦਾ ਔਖੀ ਚੀਜ਼ ਨਹੀਂ ਹੈਗੀ। ਤੇ ਉਹਨੂੰ ਅਗਰ ਤੁਸੀਂ ਪਹਿਲੀ ਵਾਰ 6 ਈਚ IELTS ਸਕੋਰ ਨਹੀਂ ਲੈ ਪਾਉਂਦੇ, ਤੇ ਤੁਹਾਡੇ ਕੋਲ ਇਨਫ ਟਾਈਮ ਹੁੰਦਾ ਵਰਕ ਪਰਮਿਟ ਲੈਣ ਤੱਕ ਜਾਂ ਵਰਕ ਪਰਮਿਟ ਦੇ ਪਹਿਲੇ ਸਾਲ ਐਕਸਪੀਰੀਅੰਸ ਪੂਰਾ ਕਰਨ ਤੱਕ, ਕਿ ਤੁਹਾਡੇ ਕੋਲ ਕਾਫੀ ਟਾਈਮ ਹੈ, ਤੁਸੀਂ ਆਪਣੀ IELTS ਨੂੰ ਇੰਪਰੂਵ ਕਰ ਸਕਦੇ ਹੋ। ਸੋ ਆਪਣੀ IELTS ਇੰਪਰੂਵ ਕਰੋ, NOC B ਜੋਬ ਲੱਭੋ ਆਪਣੇ ਪਹਿਲੇ ਸਾਲ ਐਂਡ 1 ਈਅਰ ਐਕਸਪੀਰੀਅੰਸ ਪੂਰਾ ਕਰਕੇ, ਤੇ ਤੁਸੀਂ ਆਪਣੀ ਫਾਈਲ ਨੂੰ ਲਾ ਸਕਦੇ ਹੋ। ਦਿਸ ਸ਼ੁਡ ਬੀ ਯੋਰ ਫਸਟ ਈਅਰ ਅਪਰੋਚ। ਦੈਟਸ ਨਾਈਸ, ਤੁਸੀਂ ਬਹੁਤ ਸਹੀ ਗੱਲ ਕਹੀ ਕਿ ਸਭ ਤੋਂ ਪਹਿਲਾਂ ਆਪਣੀ ਜੋਬ, IELTS, ਇਹ ਚੀਜ਼ਾਂ ਤੇ ਫੋਕਸ ਕਰੋ, ਇਹਨਾਂ ਨੂੰ ਕੰਪਲੀਟ ਕਰੋ। ਤੇ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਅੱਗੇ ਕੋਈ ਗਾਈਡੈਂਸ ਚਾਹੀਦੀ ਹੈ ਪ੍ਰੋਵਿੰਸ ਮੂਵ ਕਰਨ ਵਾਸਤੇ, ਸਹੀ ਰਹੂਗਾ ਜਾਂ ਨਹੀਂ, ਤੁਸੀਂ ਉਹਦੇ ਰਿਲੇਟਡ ਇੱਕ ਡਿਸਕਸ਼ਨ ਸਾਡੇ ਨਾਲ ਕਰ ਸਕਦੇ ਹੋ, ਸਾਨੂੰ ਕੰਟੈਕਟ ਕਰ ਸਕਦੇ ਹੋ। ਮੂਵਿੰਗ ਔਨ ਟੂ ਨੈਕਸਟ ਕੁਐਸਚਨ ਸਰ, ਜੋ ਕਿ ਹੈ ਲਾਸਟ ਈਅਰ ਆਫ ਦਾ ਵਰਕ ਪਰਮਿਟ, ਕਿ ਜਿਹੜੇ ਵਰਕ ਪਰਮਿਟ ਹੋਲਡਰਸ ਦਾ ਲਾਸਟ ਈਅਰ ਰਹਿ ਗਿਆ ਹੈ, ਉਹਨਾਂ ਨੂੰ ਕੀ ਕਰਨਾ ਚਾਹੀਦਾ। ਤੇ ਮੈਂ ਤੁਹਾਨੂੰ ਇਹਦੇ ਰਿਲੇਟਡ ਹੀ ਇੱਕ ਕੇਸ ਰਿਮਾਈਂਡ ਕਰਾ ਰਹੀ ਹਾਂ, ਸਾਡੇ ਕੋਲ ਕੁਝ ਦਿਨ ਪਹਿਲਾਂ ਆਇਆ ਸੀ, ਜਿਹਦੇ ਵਿੱਚ ਸਾਡੇ ਕਲਾਇੰਟ ਵਰਕ ਪਰਮਿਟ ਦੇ ਲਾਸਟ 3rd ਈਅਰ ਤੇ ਸੀਗੇ, ਤੇ ਉਹਨਾਂ ਨੇ ਹਜੇ ਤੱਕ ਆਪਣੀ PR ਦਾ ਪ੍ਰੋਸੈਸ ਸਟਾਰਟ ਵੀ ਨਹੀਂ ਕੀਤਾ ਸੀ, ਬਿਕੋਜ਼ ਉਹ ਕਨਫਿਊਜ਼ ਨੇ, ਉਹਨਾਂ ਨੂੰ ਪਤਾ ਨਹੀਂ ਹੈ ਕਿ ਵਟ ਸ਼ੁਡ ਆਈ ਡੂ। ਤਾਂ ਤੁਹਾਡਾ ਇਹਦੇ ਰਿਲੇਟਡ ਕੀ ਵਿਚਾਰ ਹੈ ਕਿ ਅਜਿਹੇ ਕੇਸਿਸ ਵਿੱਚ ਕੀ ਹੋਣਾ ਚਾਹੀਦਾ,
या फिर ਸਾਡੇ ਕਲਾਇੰਟਸ ਨੂੰ ਪਹਿਲਾਂ ਤਾਂ ਕੀ ਤਿਆਰੀ ਰੱਖਣੀ ਚਾਹੀਦੀ ਹੈ? ਸੋ ਥਰਡ ਈਅਰ ਅਗਰ ਤੁਸੀਂ ਆਪਣੇ ਵਰਕ ਪਰਮਿਟ ਤੇ ਆ ਗਏ ਹੋ, ਪਹਿਲੀ ਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਰੱਖਣਾ ਹੈ ਕਿ ਆਪਣਾ ਕਦੀ ਵੀ ਟਾਈਮ ਨਹੀਂ ਵੇਸਟ ਕਰਨਾ ਆਪਾਂ, ਕਿਉਂਕਿ ਹਰ ਚੀਜ਼ ਦਾ ਇਲਾਜ ਹੈਗਾ ਆ। ਲੋ ਆਇਲਸ ਐਕਸਪੀਰੀਅੰਸ ਨਹੀਂ ਹੈ, ਨੋਕ ਵੀ ਨਹੀਂ ਹੈ, ਫਾਈਨਾਂਸ ਨਹੀਂ ਹੈ, ਇਹ ਹਰੇਕ ਚੀਜ਼ ਦਾ ਇਲਾਜ ਕਿਤੇ ਨਾ ਕਿਤੇ ਹੋ ਜਾਂਦਾ, ਪਰ ਅਗਰ ਤੁਸੀਂ ਟਾਈਮ ਵੇਸਟ ਕਰਦੇ ਹੋ ਉਹਦਾ ਇਲਾਜ ਕਾਫੀ ਮੁਸ਼ਕਲ ਆ, ਕਿਉਂਕਿ ਐਂਡ ਦੇ ਵਿੱਚ ਕਾਫੀ ਟਾਈਮ ਤੋਂ ਮੇਰੇ ਕੋਲ ਇਹੋ ਜਿਹੇ ਕਲਾਇੰਟਸ ਆ ਰਹੇ ਨੇ ਸਾਕਸ਼ੀ ਜੀ, ਜਿਹਦੇ ਵਿੱਚ 3rd ਈਅਰਸ ਆਫ ਵਰਕ ਪਰਮਿਟ ਤੇ ਕਲਾਇੰਟ ਹੈਗਾ, ਐਂਡ ਨਾਓ ਹੀ ਔਰ ਸ਼ੀ ਇਜ਼ ਪੈਨਿਕਿੰਗ ਕਿ ਵਾਟ ਸ਼ੁਡ ਆਈ ਡੂ। ਉਹਦੇ ਨਾਲ ਫਿਰ ਦੇ ਐਂਡ ਅਪ ਗੈਟਿੰਗ ਐਨ LMIA ਫਰੋਮ ਅ ਲੋਇਰ, ਰਾਈਟ? ਉਹ LMIA ਬਾਏ ਕਰ ਲੈਂਦੇ ਨੇ, ਜਿਹਦੇ ਨਾਲ ਉਹ ਉਹਨਾਂ ਨੂੰ ਲੱਗਦਾ ਕਿ ਸਾਨੂੰ 50 ਪੁਆਇੰਟਸ LMIA ਦੇ ਜਾਂ 200 ਪੁਆਇੰਟਸ LMIA ਦੇ ਮਿਲ ਜਾਣਗੇ, ਆਪਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਅੱਗੇ ਚਲੇ ਜਾਵਾਂਗੇ। ਬਟ ਇਹ ਸਾਰਿਆਂ ਦੇ ਲਈ ਸਮੂਥ ਜਰਨੀ ਨਹੀਂ ਹੁੰਦੀ। ਪਹਿਲੀ ਗੱਲ, ਸਭ ਕੋਲੋਂ ਹੈਵੀ ਅਮਾਉਂਟ ਆਫ ਮਨੀ ਨਹੀਂ ਹੈਗੀ LMIA ਲਗਾਉਣ ਦੇ ਲਈ, ਤੇ ਅਗਰ ਕਿਸੇ ਕੋਲ ਪੈਸਾ ਹੈਗਾ ਵੀ ਹੈ ਤੇ ਓਬਵੀਅਸਲੀ ਇਹ ਲਗਾਉਣਾ ਮੈਨੂੰ ਲੱਗਦਾ ਨਹੀਂ ਉਹ LMIA ਤੇ, ਪੈਸਾ ਤੁਹਾਡਾ ਲਗਾਉਣਾ ਜ਼ਰੂਰੀ ਹੈ, ਉਹੀ ਤੁਸੀਂ ਖੁਦ ਤੇ ਲਗਾਓ। ਤੇ ਤੀਜੇ ਸਾਲ ਤੇ ਅਗਰ ਤੁਸੀਂ ਪਹੁੰਚ ਗਏ ਹੋ, ਇਹ ਇੱਕ ਬਿਗ ਮਿਸਟੇਕ ਹੈ ਕਿ ਤੁਸੀਂ ਹਜੇ ਤੱਕ PR ਨੂੰ ਸਟਾਰਟ ਨਹੀਂ ਕੀਤਾ ਪ੍ਰੋਸੈਸ। ਚਲੋ ਕਾਫੀਆਂ ਦੇ ਕਈ ਰੀਜ਼ਨਸ ਹੋ ਸਕਦੇ ਨੇ ਕਿ ਜਿਹਦੇ ਕਰਕੇ ਉਹ ਨਹੀਂ ਕਰ ਪਾਏ, ਤੇ ਤੁਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਜੇ ਤੀਜੇ ਸਾਲ ਦੇ ਵਰਕ ਪਰਮਿਟ ਦੇ ਹੋ ਤੇ ਤੁਹਾਨੂੰ ਹੁਣ ਸਪੀਡ ਆਪਣੀ ਵੀ ਤਿਗਣੀ ਕਰਨੀ ਪੈਣੀ ਹੈ। ਥੋੜੀ ਜਿਹੀ ਸਪੀਡ ਆਪਣੀ ਵਧਾਓ ਕਿ ਵੀ ਤੁਸੀਂ ਆਪਣੀ ਆਇਲਸ ਉਦੋਂ ਤੱਕ ਅਗਰ ਤੁਹਾਡੀ ਅੱਛੀ ਕਰ ਪਾਓ, ਤੇ ਤੀਜੇ ਸਾਲ ਤੇ ਉਸ 2 ਸਾਲ ਤੁਸੀਂ ਵਰਕ ਪਰਮਿਟ ਆਪਣਾ ਆਲਰੇਡੀ ਲੈਪਸ ਕੀਤਾ ਆ, ਉਹਦੇ ਵਿੱਚ ਤੁਸੀਂ ਆਪਣੀ ਹੁਣ ਤੀਜੇ ਸਾਲ 'ਚ ਆਇਲਸ ਨੂੰ ਜ਼ਰੂਰ ਆਪਣੀ ਥੋੜੀ ਜਿਹੀ ਵਧੀਆ ਕਰਕੇ ਰੱਖੋ, ਐਂਡ ਕੋਸ਼ਿਸ਼ ਕਰੋ ਕਿ 2 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋ ਹੀ ਗਿਆ, ਰਾਈਟ? 2 ਸਾਲ ਐਕਸਪੀਰੀਅੰਸ ਹੋ ਗਿਆ ਤੁਹਾਡੇ ਕੋਲ, ਪੁਆਇੰਟਸ ਤੁਹਾਡੇ ਥੋੜੇ ਕੁਝ ਹੋਰ ਐਡ ਅਪ ਹੋ ਚੁੱਕੇ ਨੇ ਤੁਹਾਡੀ ਐਕਸਪਰਟ ਸੈਂਟਰੀ ਪ੍ਰੋਫਾਈਲ ਦੇ ਵਿੱਚ, ਤੇ ਤੁਹਾਡੀ ਐਕਸਪਰਟ ਸੈਂਟਰੀ ਪ੍ਰੋਫਾਈਲ ਵੀ ਕਾਫੀ ਅੱਛੀ ਹੋ ਚੁੱਕੀ ਹੋਏਗੀ, ਤੇ ਉਹਨੂੰ ਅਗਰ ਤੁਸੀਂ ਨਹੀਂ ਅਪਲਾਈ ਕੀਤਾ ਹੋਇਆ। ਅੱਛਾ, ਕਾਫੀ ਲੋਕ ਇਦਾਂ ਵੀ ਨੇ ਜਿਨ੍ਹਾਂ ਨੇ ਹਲੇ ਤੱਕ ਐਕਸਪਰਟ ਸੈਂਟਰੀ ਨਹੀਂ ਅਪਲਾਈ ਕੀਤੀ ਹੋਈ, ਇਸ ਕਰਕੇ ਕਿ ਵੀ ਸਾਡੇ ਪੁਆਇੰਟਸ ਜਿਹੜੇ ਹੈਗੇ ਨੇ ਉਹ ਘੱਟ ਨੇ, ਤੇ ਡਰੋ ਜਿਹੜਾ ਹੈਗਾ ਉਹ ਕਾਫੀ ਅੱਜ ਕੱਲ ਹਾਈ ਆ ਰਿਹਾ। ਅੱਜ ਦੀ ਡੇਟ 'ਚ ਡਰੋ 500 ਤੇ ਜਦੋਂ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ, ਤੇ ਹੁਣ ਅਗਰ 500 ਡਰੋ ਹੈ, ਮੇਰੇ 400 ਸਕੋਰ ਨੇ, ਤੇ ਅਗਰ ਮੈਂ ਇਹ ਸੋਚ ਕੇ ਕਿ ਮੈਂ ਫਾਈਨਲ ਆਵਾਂ, ਮੇਰੇ ਤੇ ਯਾਰ ਪੁਆਇੰਟਸ ਹੀ ਨਹੀਂ ਬਣਦੇ, ਤੇ ਤੁਹਾਨੂੰ ਅਗਰ ਫਾਈਨਲ ਆਓਗੇ ਤੇ ਫਿਰ ਤੇ ਉਹਦਾ ਵੀ PR ਨਹੀਂ ਹੋਣਗੇ, ਰਾਈਟ? ਸੋ ਘੱਟੋ ਘੱਟ ਫਾਈਲ ਜ਼ਰੂਰ ਲਗਾਓ, ਬਿਕਾਜ਼ ਇਟਸ ਜਸਟ ਅ ਮੈਟਰ ਆਫ ਯੂ ਬਕਸ। ਆਪਣੀ ਫਾਈਲ ਨੂੰ ਲਾਂਚ ਕਰੋ, ਅਗਰ ਤੁਸੀਂ 3 ਸਾਲ ਦੇ ਵਰਕ ਪਰਮਿਟ ਤੇ ਹੋ ਜਾਂ 1 ਸਾਲ ਦਾ ਆਪਣਾ ਐਕਸਪੀਰੀਅੰਸ ਪੂਰਾ ਕਰ ਚੁੱਕੇ ਹੋ, ਆਇਲਸ ਤੁਹਾਡੀ 6 ਈਚ ਅਗਰ ਹੈਗੀ ਹੈ, ਆਪਣੀ ਫਾਈਲ ਨੂੰ ਤੁਸੀਂ ਲਾਂਚ ਕਰੋ, ਐਂਡ ਨਾਲ ਨਾਲ ਆਇਲਸ ਨੂੰ ਇੰਪਰੂਵ ਕਰੋ। ਆਪਣੀ ਅਗਰ ਫ੍ਰੈਂਚ ਵੀ ਕਰ ਸਕਦੇ ਹੋ, ਇਫ ਇਵਨ ਦੋ ਯੂ ਆਰ ਲਿਵਿੰਗ ਆਊਟਸਾਈਡ ਆਫ ਕਿਊਬਕ, ਕਿਸੇ ਵੀ ਪ੍ਰੋਵਿੰਸ 'ਚ ਤੁਸੀਂ ਰਹਿੰਦੇ ਹੋ, ਤੁਹਾਨੂੰ ਫ੍ਰੈਂਚ ਲੈਂਗੁਏਜ ਦੇ ਵੀ ਸਕੋਰਸ ਮਿਲਦੇ ਨੇ, ਐਂਡ ਮੋਸਟ ਆਫ ਦਾ ਪ੍ਰੋਵਿੰਸਿਸ, ਮੈਂ ਕਹਿੰਦਾ ਸਾਰੀਆਂ ਪ੍ਰੋਵਿੰਸਿਸ ਦੇ ਆਪਣੇ ਕੁਝ ਫ੍ਰੈਂਚ ਸਪੀਕਰਸ ਲਈ ਵੀ ਪ੍ਰੋਗਰਾਮ ਵੱਖਰੇ ਉਹਨਾਂ ਦੇ ਹੈਗੇ ਨੇ PNP ਦੇ ਲਈ। ਇਟ ਡਿਪੈਂਡਸ ਕਿ ਤੁਸੀਂ ਕਿਹੜੀ ਪ੍ਰੋਵਿੰਸ ਤੇ ਹੋ, ਤੁਸੀਂ ਸਾਨੂੰ ਇਸ ਵੀਡੀਓ ਤੇ ਕਮੈਂਟ ਕਰੋ, ਐਂਡ ਆਪਾਂ ਤੁਹਾਨੂੰ ਤੁਹਾਡੀ ਪ੍ਰੋਵਿੰਸ ਦੇ ਬਾਰੇ ਤੇ ਦੱਸ ਦਵਾਂਗੇ ਅਗਲੀ ਵੀਡੀਓ, ਆਪਾਂ ਤੁਹਾਡੀ ਪ੍ਰੋਵਿੰਸ ਤੇ ਵੀ ਲਿਆਵਾਂਗੇ। ਸੋ ਆਪਣਾ ਕੋਸ਼ਿਸ਼ ਕਰੋ ਕਿ ਵੀ 3 ਸਾਲ ਵਰਕ ਪਰਮਿਟ ਤੇ ਤੁਸੀਂ ਹੁਣ LMIA ਲੈਣ ਦੀ ਗਲਤੀ ਨਾ ਕਰੋ, ਕਿਤੇ ਐ ਨਾ ਹੋਵੇ ਤੁਹਾਡੇ ਫਾਈਨਾਂਸਿਸ ਵੀ ਸਾਰੇ ਤੁਸੀਂ ਡਰੇਨ ਕਰ ਲਓ, ਤੇ ਅਗਰ ਤੁਸੀਂ ਲੈਣ ਲੱਗੇ ਹੋ LMIA ਤੇ ਇੱਕ ਵਾਰ ਦੇਖ ਲਈਓ ਕਿ ਕਿਆ ਤੁਹਾਨੂੰ ਉਹਦਾ ਫਾਇਦਾ ਹੈਗਾ ਵੀ ਜਾਂ ਨਹੀਂ। ਸਰ, ਮੇਰਾ ਨੈਕਸਟ ਕੁਐਸਚਨ ਤੁਹਾਡੇ ਲਈ ਇਹ ਹੈਗਾ ਕਿ ਜਿੱਦਾਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਪ੍ਰੋਵਿੰਸ ਬਾਰੇ ਕਿ ਵਧੀਆ ਕਿਹੜੀ ਹੈ, ਅੱਛੀ ਨਹੀਂ, ਜਿਹੜੀ ਨਹੀਂ ਹੈਗੀ, ਕਿਹ ਚ ਜ਼ਿਆਦਾ ਬੈਨੀਫਿਟ ਹੈਗੇ ਨੇ ਤੇ ਕਿਹੜੀ ਕੇਸ ਤੇ ਕਿਹੜੇ ਕਲਾਇੰਟ ਲਈ ਕਿਹੜੀ ਸੂਟੇਬਲ ਹੈਗੀ ਆ, ਤੇ ਤੁਹਾਨੂੰ ਕੀ ਲੱਗਦਾ ਕਿ ਵੀ ਤੁਸੀਂ ਕਿਹੜੀ ਸੁਜੈਸਟ ਕਰੋਗੇ ਕਲਾਇੰਟ ਨੂੰ ਜਾਂ ਫਿਰ ਓਵਰਆਲ ਇੱਕ ਪੋਪੂਲੇਸ਼ਨ ਨੂੰ ਕਿ ਤੁਸੀਂ ਇਹ ਵਾਲੀ ਪ੍ਰੋਵਿੰਸ 'ਚ ਜਾਓ ਤੇ ਤੁਹਾਨੂੰ ਇੱਥੇ ਜ਼ਿਆਦਾ ਬੈਨੀਫਿਟ ਹੈ? ਸੋ ਗਾਇਸ, ਇਸ ਤਰੀਕੇ ਨਾਲ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਕਿਹੜੀ ਪ੍ਰੋਵਿੰਸ ਅੱਛੀ ਹੈ ਜਾਂ ਬੁਰੀ ਹੈ, ਹਰ ਪ੍ਰੋਵਿੰਸ ਅੱਛੀ ਆ ਆਪਣੇ ਆਪਣੇ ਲੈਵਲ ਤੇ। ਤੁਸੀਂ ਇਹ ਖੁਦ ਦੇਖਣਾ ਕਿ ਤੁਹਾਡੀ ਪ੍ਰੋਫਾਈਲ ਡਿਪੈਂਡ ਕਰਦਾ, ਪ੍ਰੋਫਾਈਲ ਤੇ, ਪ੍ਰੋਵਿੰਸ ਤੇ ਨਹੀਂ ਡਿਪੈਂਡ ਕਰਦਾ। ਸੋ ਤੁਹਾਡੀ ਪ੍ਰੋਫਾਈਲ ਕਿਸ ਪ੍ਰੋਵਿੰਸ ਦੇ ਵਿੱਚ ਸੂਟੇਬਲ ਰਹੇਗੀ, ਕਿੱਥੇ ਤੁਹਾਨੂੰ ਜਾਣਾ ਚਾਹੀਦਾ। ਅੱਛਾ, ਹਮੇਸ਼ਾ ਆਪਣੀ ਪ੍ਰੋਫਾਈਲ ਨੂੰ ਇਵੈਲਿਊਏਟ ਪਹਿਲੇ ਹੀ ਕਰੋ, ਇਵੈਲਿਊਏਟ ਕਰਕੇ ਤੇ ਫਿਰ ਮੂਵ ਹੋਣਾ। ਪਹਿਲੇ ਹੀ ਆਪਾਂ ਮੂਵ ਕਰ ਦਿੰਦੇ ਹਾਂ, ਬਾਅਦ 'ਚ ਸਾਡੇ ਕੋਲ ਕੋਈ ਆਪਸ਼ਨ ਹੀ ਨਹੀਂ ਰਹਿ ਜਾਂਦਾ, ਪੈਸਾ ਵੀ ਡਰੇਨ ਹੋ ਜਾਂਦਾ, ਕੋਈ 2-4 ਜਿਹੜਾ ਸੀਗਾ, ਤੇ ਹੁਣ ਤੁਸੀਂ ਵਾਪਸ ਵੀ ਨਹੀਂ ਆ ਪਾਉਂਦੇ। ਸੋ ਹਮੇਸ਼ਾ ਪਹਿਲੇ ਆਪਣੇ ਰੂਲਸ ਨੂੰ ਐਨਾਲਾਈਜ਼ ਕਰੋ, ਆਪਣੀ ਪ੍ਰੋਫਾਈਲ ਇਵੈਲਿਊਏਟ ਕਰਕੇ ਦੇਖੋ ਵੀ ਹਾਂਜੀ, ਮੈਂ ਜਿਹੜੀ ਪ੍ਰੋਵਿੰਸ ਦੇ ਵਿੱਚ ਮੇਰਾ ਦੋਸਤ ਮੈਨੂੰ ਬੁਲਾ ਰਿਹਾ, ਕਿਆ ਮੈਨੂੰ ਉੱਥੇ ਜਾ ਕੇ ਫਾਇਦਾ ਵੀ ਹੋਣਾ? ਕਿਉਂਕਿ ਕਾਫੀ ਵਾਰ ਇਦਾਂ ਹੁੰਦਾ ਕਿ ਦੋਸਤ ਕਹਿੰਦੇ ਨੇ ਕਿ ਤੁਸੀਂ ਐਕਸ ਪ੍ਰੋਵਿੰਸ ਦੇ ਵਿੱਚ ਆ ਜਾਓ, ਤੇ ਉਹ ਮੈਂ PR ਉੱਥੇ ਲੈ ਲਈ ਹੈ ਜੀ। ਹੁਣ ਉਹਨੇ ਜਦੋਂ PR ਲਿੱਤੀ ਹੈ, ਤੁਹਾਡੇ ਸੀਨੀਅਰ ਨੇ ਜਾਂ ਤੁਹਾਡੇ ਕਜ਼ਨ ਨੇ, ਉਹ ਪਤਾ ਨਹੀਂ ਕਿਹੜੇ ਸਾਲ ਆਇਆ ਸੀ, ਉਹ ਅੱਜ ਤੋਂ 2 ਸਾਲ ਪਹਿਲੇ ਆਇਆ ਸੀ ਤੁਹਾਡੇ ਤੋਂ, ਜਾਂ ਤੁਹਾਡੇ ਤੋਂ 3 ਸਾਲ ਪਹਿਲੇ, ਸਾਲ ਪਹਿਲੇ ਵੀ ਅਗਰ ਤੁਹਾਡੇ ਤੋਂ ਗਿਆ ਸੀ ਉਹ, ਤੇ ਹਰ ਸਾਲ ਤੇ ਰੂਲ ਚੇਂਜ ਹੋ ਜਾਂਦੇ ਨੇ, ਤੇ ਜੋ ਰੂਲ ਉਹਨੂੰ ਲੱਗੇ ਨੇ 80% ਦਾ ਚਾਂਸਸ ਇਹੀ ਨੇ ਕਿ ਤੁਹਾਨੂੰ ਉਹ ਰੂਲ ਸੇਮ ਨਹੀਂ ਲੱਗ ਰਹੇ ਹੋਣਗੇ, ਥੋੜਾ ਜਿਹਾ ਦੇਖ ਕੇ ਜਾਇਆ ਕਰੋ, ਠੀਕ ਹੈ? ਐਂਡ ਕਿਸੇ ਵੀ ਪ੍ਰੋਵਿੰਸ ਤੋਂ ਮੂਵ ਹੋਵੋ, ਬਟ ਹਾਂ, ਪਹਿਲੇ ਰੂਲ ਇਵੈਲਿਊਏਟ ਕਰੋ,
ਤਾਂ ਕਿ ਤੁਹਾਡਾ ਜੋਬ ਲੋਸ ਨਾ ਹੋਵੇ। ਠੀਕ ਹੈ, ਜੋਬ ਛੱਡ ਕੇ ਤੁਸੀਂ ਕਿਸੇ ਪ੍ਰੋਫੈਸ਼ਨ ਜਾਓਗੇ ਐਂਡ ਕੁਛ ਪੈਸਾ ਵੀ ਇਨਵੈਸਟ ਕਰੋਗੇ ਉਸ ਨਵੀਂ ਪ੍ਰੋਵਿੰਸ ਦੇ ਵਿੱਚ। ਸੋ ਥੋੜ੍ਹਾ ਜਿਹਾ ਇਸ ਚੀਜ਼ ਨੂੰ ਧਿਆਨ ਰੱਖਦੇ ਹੋਏ ਜਾਣਾ ਆ। ਐਂਡ ਹੁਣ ਮੈਂ ਤੁਹਾਡੀ ਥੋੜ੍ਹੀ ਜਿਹੀ ਐਕਸਪਰਟ ਸੈਂਟਰ ਦੀ ਵੀ ਗੱਲ ਕਰਾਂਗਾ ਕਿ ਮੇਰੇ ਪੁਰਾਣੀ ਜਿਹੜੀ ਮੈਂ ਗੱਲ ਸੀਗੀ ਕਿ ਐਕਸਪਰਟ ਸੈਂਟਰ ਦੀ ਪ੍ਰੋਫਾਈਲ ਜ਼ਰੂਰ ਬਣਾਓ ਸਭ ਲੋਕ। ਅਗਰ ਤੁਸੀਂ ਪਲੱਸ ਟੂ ਕੀਤੀ ਹੈ ਇੰਡੀਆ ਤੋਂ, ਗ੍ਰੇਡ 12 ਕੀਤੀ ਹੈ ਜਾਂ HSC ਕੀਤੀ ਹੈ ਤੁਸੀਂ, 6 ਬੈਂਡ ਤੁਹਾਡੇ ਹੈਗੇ ਨੇ, 2 ਈਅਰ ਕੈਨੇਡੀਅਨ ਐਜੂਕੇਸ਼ਨ ਹੈ ਤੁਹਾਡੇ ਕੋਲੋਂ ਐਂਡ 1 ਈਅਰ ਜੋਬ ਐਕਸਪੀਰੀਅੰਸ ਕੈਨੇਡੀਅਨ ਤੁਸੀਂ ਲੈ ਚੁੱਕੇ ਹੋ, ਤਾਂ ਤੁਹਾਡੇ ਸਕੋਰ 357 ਬਣ ਜਾਂਦੇ ਨੇ। ਇਹੀ ਅਗਰ ਤੁਸੀਂ ਬੈਂਡ ਥੋੜੇ ਵਧਾ ਲਓ, CLB 8 ਕਰ ਲਓ ਜਾਂ 7 ਈਚ ਕਰ ਲਓ, 7 ਦੇ ਆਸ ਪਾਸ ਕਰ ਲਓ, ਤੁਹਾਡੇ 0.399 ਤੱਕ ਵੀ ਪਹੁੰਚ ਜਾਂਦੇ ਨੇ 12ਵੀਂ ਵਾਲਿਆਂ ਦੇ। ਠੀਕ ਹੈ, ਵਿਚ ਇਜ਼ ਅ ਗੁੱਡ ਸਕੋਰ, ਜ਼ਿਆਦਾ ਗੁੱਡ ਵੀ ਨਹੀਂ ਜ਼ਿਆਦਾ ਬੈਡ ਵੀ ਨਹੀਂ ਹੈ, ਬਟ ਐਵਰੇਜ ਸਕੋਰ ਹੈਗਾ ਆ। ਤੇ ਤੁਹਾਨੂੰ ਫਾਈਲ ਲਗਾ ਦੇਣੀ ਚਾਹੀਦੀ ਹੈ। ਨੋ ਮੈਟਰ ਯੂਅਰ ਸਕੋਰ ਸਰ 350, 400, 450, ਜਸਟ ਅਪਲਾਈ ਯੂਅਰ ਫਾਈਲ ਸੋ ਦੈਟ। ਕਈ ਵਾਰ ਕੀ ਹੋਇਆ ਇਨ ਦਾ ਪਾਸਟ, ਇਫ ਯੂ ਗਾਇਸ ਰਿਮੈਂਬਰ, ਕਿ ਡਰੋਪ 75 ਤੇ 350 ਤੇ ਵੀ ਗਿਆ, ਰਾਈਟ? ਸੋ ਯੂ ਨੈਵਰ ਨੋ ਕਿ ਤੁਸੀਂ ਸਵੇਰੇ ਉੱਠੋ, ਡਰੋ ਇੱਕੋਦਮ ਨੀਚੇ ਆਇਆ ਹੋਇਆ ਐਂਡ ਤੁਹਾਡਾ ਡਰਾਉ ਚ ਨਾਮ ਨਹੀਂ ਆਇਆ, ਤੇ ਓਬਵੀਅਸਲੀ ਯੂ ਆਰ ਦਾ ਵਨ ਹੂ ਵੋਂਟ ਗੈਟ ਬੈਨੀਫਿਟ ਆਊਟ ਆਫ ਇਟ। ਸੋ ਆਪਣੀ ਉਹ ਫਾਈਲ ਨੂੰ ਲਗਾਉਣੀ ਹੈ ਐਂਡ ਅੱਗੇ ਜਿਹੜੀ ਵੀ ਪ੍ਰੋਸੈਸ ਤੁਸੀਂ ਜਾਣਾ ਆ, ਉਹ ਤੁਸੀਂ ਆ ਕੇ ਸਾਨੂੰ ਤੁਸੀਂ ਮਿਲ ਸਕਦੇ ਹੋ, ਕਮੈਂਟਸ ਕਰ ਸਕਦੇ ਹੋ ਐਂਡ ਆਈ ਵਿਲ ਮੇਕ ਵੀਡੀਓ ਔਨ ਇਟ। ਯੈਸ ਸਰ, ਆਈ ਆਲਸੋ ਥਿੰਕ ਸੋ ਕਿ ਆਪਾਂ ਅੱਗੇ ਵੀਡੀਓ ਕੰਟੀਨਿਊ ਕਰਾਂਗੇ, ਡੀਪ ਡਿਸਕਸ਼ਨ ਪ੍ਰੋਵਿੰਸਿਸ ਤੇ ਕਰਦੇ ਹਾਂ ਕਿ ਕਿਸ ਪ੍ਰੋਵਿੰਸ ਦੇ ਕੀ ਬੈਨੀਫਿਟ ਨੇ, ਕਿ ਤੁਸੀਂ ਥੋੜਾ ਬਹੁਤ ਅੰਦਾਜ਼ਾ ਲੈ ਸਕੋ ਤੇ ਆਪਣੇ ਲਈ ਕੁਝ ਅੱਛਾ ਚੂਜ਼ ਕਰ ਸਕੋ। ਬਾਕੀ ਅਸੀਂ ਹੈਗੇ ਇੱਥੇ ਤੁਹਾਡੀ ਹੈਲਪ ਕਰਨ ਨੂੰ। ਤੁਹਾਨੂੰ ਕੋਈ ਵੀ ਸੁਜੈਸ਼ਨ, ਐਡਵਾਈਸ, ਕੰਸਲਟੇਸ਼ਨ ਚਾਹੀਦੀ ਹੈ, ਵੀ ਆਰ ਆਲਵੇਜ਼ ਹੇਅਰ। ਇਫ ਯੂ ਹੈਵ ਐਨੀ ਕੁਐਸਚਨਸ ਔਰ ਡਾਊਟ, ਜਸਟ ਕਮੈਂਟ ਅਸ ਡਾਊਨ ਐਂਡ ਵੀ ਵਿਲ ਰਿਪਲਾਈ ਯੂ। ਥੈਂਕ ਯੂ ਐਵਰੀਵਨ। ਥੈਂਕ ਯੂ।